ਹੈਲੋ ਆਦਾਬ ਐਂਡ ਸਤਿ ਸ਼੍ਰੀ ਅਕਾਲ ਜੀ ਸਪੀਰੀਅਸ ਸਟੱਡੀ ਚੈਨਲ ਆਪ ਸਭ ਨੂੰ ਜੀ ਆਇਆਂ ਆਖਦਾ ਹੈ ਆਪਣੇ ਇਸ ਚੈਨਲ ਤੇ ਅਸੀਂ ਕਰ ਰਹੇ ਹਾਂ ਪੰਜਾਬੀ ਵਿਸ਼ੇ ਦੀ ਤਿਆਰੀ ਜਿਸ ਦੇ ਵਿੱਚ ਅੱਜ ਅਸੀਂ ਕਰਨ ਜਾ ਰਹੇ ਹਾਂ ਥਿਊਰੀ ਲੈਕਚਰ ਅੱਜ ਦਾ ਜੋ ਸਾਡਾ ਲੈਕਚਰ ਰਹੇਗਾ ਉਹ ਫੋਕਸ ਕਰੇਗਾ ਵੀਰ ਕਾਵ ਦੇ ਇੱਕ ਟੌਪਿਕ ਨਾਦਰ ਸ਼ਾਹ ਦੀ ਵਾਰ ਤੇ ਜਾਂ ਜਿਸ ਨੂੰ ਆਪਾਂ ਨਜ਼ਾਬਤ ਦੀ ਵਾਰ ਵੀ ਕਹਿ ਲੈਂਦੇ ਹਾਂ ਠੀਕ ਹੈ ਜੀ ਆਲਮੋਸਟ ਆਪਾਂ ਵੀਰ ਕਾਵ ਦੇ ਸਾਰੇ ਜਿਹੜੇ ਲੈਕਚਰ ਸਿਲੇਬਸ ਅਕੋਰਡਿੰਗੋਂ ਕੰਪਲੀਟ ਕਰ ਲਏ ਨੇ ਤੇ ਅੱਜ ਦਾ ਜਿਹੜਾ ਆਪਣਾ ਲੈਕਚਰ ਆਏ ਦੇ ਸਮੇਤ ਸਾਰੇ ਲੈਕਚਰ ਸਾਡੇ ਕੰਪਲੀਟ ਹੋ ਜਾਣਗੇ ਠੀਕ ਹੈ ਜੀ ਜਿੰਨੇ ਵੀ ਆਪਾਂ ਮੌਕ ਟੈਸਟ ਕੀਤੇ ਨੇ ਆਪਣੇ ਇਸ ਚੈਨਲ ਉੱਪਰ ਉਹਨਾਂ ਦਾ ਲਿੰਕ ਮਿਲੇਗਾ ਤੁਹਾਨੂੰ ਇਸ ਵੀਡੀਓ ਦੇ ਆਈ ਬਟਨ ਤੋਂ ਜਿਹੜੇ ਸਟੂਡੈਂਟਸ ਨੇ ਹਾਲੇ ਤੱਕ ਅਟੈਂਪਟ ਨਹੀਂ ਕੀਤੇ ਉੱਥੇ ਜਾ ਕੇ ਤੁਸੀਂ ਕਰ ਸਕਦੇ ਹੋ ਤੇ ਜੋ ਵੀ ਥਿਊਰੀ ਲੈਕਚਰਸ ਨੇ ਉਹਨਾਂ ਦੇ ਲਿੰਕਸ ਮਿਲ ਜਾਣਗੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਠੀਕ ਹੈ ਜੀ ਤੇ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਲੈਕਚਰ ਤੁਸੀਂ ਕਰ ਦਿਓ ਵੀਡੀਓ ਨੂੰ ਲਾਈਕ ਨਜ਼ਾਬਤ ਦੀ ਵਾਰ ਸ਼ੁਰੂ ਕਰਨ ਲੱਗਿਆਂ ਸੀ ਨਜ਼ਾਬਤ ਦੀ ਸਦੀ ਤੋਂ ਤਾਂ ਨਜ਼ਾਬਤ ਹੈ ਜੀ 19ਵੀਂ ਸਦੀ ਦਾ ਕਵੀ ਵੀਰ ਰਸੀ ਕਵੀ ਠੀਕ ਹੈ ਤੇ ਇਸ ਨੂੰ ਦੂਸਰਾ ਵੀਰ ਰਸੀ ਵਾਰ ਕਰ ਜਿਹੜਾ ਉਹ ਮੰਨਿਆ ਜਾਂਦਾ ਹੈ ਪਹਿਲੇ ਨੰਬਰ ਤੇ ਕਿਹੜੀ ਰਚਨਾ ਆਉਂਦੀ ਹੈ ਇਹ ਤੁਸੀਂ ਦੱਸੋਗੇ ਪੰਜਾਬੀ ਦੀ ਵੀਰ ਰਸਤੀ ਜਿਹੜੀ ਸਭ ਤੋਂ ਉਤਕ੍ਰਿਸ਼ਟ ਰਚਨਾ ਹੈਗੀ ਜਿਹੜੀ ਕਿ ਪਹਿਲੇ ਨੰਬਰ ਤੇ ਆਉਂਦੀ ਆ ਉਹ ਕਿਹੜੀ ਰਚਨਾ ਹੈ ਜੀ ਵੀਡੀਓ ਨੂੰ ਪਾਜ਼ ਕਰ ਲਓ ਤੇ ਟਾਈਪ ਕਰ ਦਿਓ ਉਸ ਦਾ ਆਨਸਰ ਤੇ ਦੂਸਰਾ ਮੈਂ ਤੁਹਾਨੂੰ ਆਲਮੋਸਟ ਦੱਸ ਹੀ ਦਿੱਤਾ ਹੈ ਕਿ ਦੂਸਰੀ ਜਿਹੜੀ ਵੀਰਸੀ ਰਚਨਾ ਹੈ ਉਹ ਹੈ ਨਜ਼ਾਬਤ ਦੀਵਾਰ ਜਾਨੀ ਕਿ ਨਾਦਰ ਸ਼ਾਹੀਵਾਰ ਠੀਕ ਹੈ ਇਸ ਦਾ ਦੂਸਰਾ ਨਾਮ ਵੀ ਅਸੀਂ ਡਿਸਕਸ ਕਰ ਲਿਆ ਇਸ ਵਾਰ ਵਾਰ ਕਰਾਰੇ ਦੇਖ ਲੈਣੇ ਆਪਾਂ ਨਾਮ ਹੈ ਨਜ਼ਾਬਤ ਪਿੰਡ ਹੈ ਜੀ ਮਟੀਲਾ ਹਰਲਾ ਮਦੀਲਾ ਵੀ ਲਿਖਿਆ ਹੁੰਦਾ ਕਈ ਜਗ੍ਹਾ ਤੇ ਠੀਕ ਹੈ ਤਾਂ ਇਹ ਤਾਂ ਆਸਾਨੀ ਨਾਲ ਤੁਸੀਂ ਕਰ ਲੋਗੇ ਚੁੱਸ ਮਟੀਲਾ ਹਰਲਾ ਜਿਹੜਾ ਮੈਂ ਜ਼ਿਆਦਾਤਰ ਬੁੱਕਸ ਦੇ ਵਿੱਚ ਪੜਿਆ ਹੈ ਤੇ ਜਿਲਾ ਸੀ ਜੀ ਸ਼ਾਹਪੁਰ ਤੇ ਮੁਸਲਮਾਨ ਸੀਗਾ ਇਹ ਮੁਸਲਮ ਸੀਗਾ ਨਜ਼ਾਬਤ ਨੂੰ ਹਰਲ ਰਾਜਪੂਤ ਵੀ ਕਿਹਾ ਜਾਂਦਾ ਹੈ ਠੀਕ ਹੈ ਮਟੀਲਾ ਹਰਲਾਂ ਦਾ ਹਰਲ ਰਾਜਪੂਤ ਇਸ ਨਾਮ ਨਾਲ ਵੀ ਇਸ ਨੂੰ ਜਾਣਿਆ ਜਾਂਦਾ ਓਕੇ ਜੀ ਇਸ ਵਾਰ ਅਸੀਂ ਗੱਲ ਕਰਦੇ ਹਾਂ ਵਾਰ ਦੇ ਸਮੇਂ ਦੀ ਉੱਤਰ ਨਾਨਕ ਕਾਲ ਦੀ ਸ੍ਰੇਸ਼ਟ ਵਾਰ ਹੈ ਯਾਦ ਰੱਖਿਓ ਉੱਤਰ ਨਾਨਕ ਕਾਲ ਕਿਹੜਾ ਕਾਲ ਹੈ ਜੀ ਇਸ ਦਾ ਵੈਰੀ ਗੁੱਡ ਤੇ ਸਮਾਂ ਹੈ ਜੀ 18ਵੀਂ ਸਦੀ ਦਾ ਅੱਧ ਹੁਣ ਇਸ ਚੀਜ਼ ਦੇ ਵਿੱਚ ਅਸੀਂ ਭਜਲ ਨਹੀਂ ਹੋ ਜਾਣਾ ਜੇ ਅਸੀਂ ਵਾਰ ਦੀ ਗੱਲ ਕਰਦੇ ਹਾਂ ਤਾਂ ਵਾਰ ਹੈ 18ਵੀਂ ਸਦੀ ਦੀ ਪਰ ਜੇ ਅਸੀਂ ਵਾਰਕਾਰ ਦੀ ਗੱਲ ਕਰਦੇ ਹਾਂ ਮਤਲਬ ਕਿ ਨਜ਼ਾਬਤ ਦੀ ਗੱਲ ਕਰਦੇ ਹਾਂ ਤਾਂ ਨਜ਼ਾਬਤ ਹੈ ਜੀ 19ਵੀਂ ਸਦੀ ਦਾ ਠੀਕ ਹੈ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਨੈਕਸਟ ਸਾਡਾ ਪੁਆਇੰਟ ਹੈ ਲਾਰਡ ਮੈਕਲੇਗਨ ਨੇ ਗੁਜਰਾਵਾਲਾ ਜ਼ਿਲ੍ਹੇ ਦੀ ਤਹਿਸੀਲ ਖਾਨ ਡੋਗਰਾ ਦੇ ਪਿੰਡ ਮਾਂਗੜ ਵਿਖੇ ਇੱਕ ਮਰਾਸੀ ਕੋਲੋਂ 16 ਤੁਕਾਂ ਸੁਣੀਆਂ ਸੀ ਇਸ ਵਾਰ ਦੀਆਂ ਠੀਕ ਹੈ ਸਭ ਤੋਂ ਪਹਿਲਾਂ ਜਿਹੜਾ ਇਹ ਮਰਾਸੀ ਸੀਗਾ ਉਸ ਮਰਾਸੀ ਨੇ ਹੀ ਸੁਣਾਈਆਂ ਸੀ ਇਹ ਸਾਰੀਆਂ ਤੁਕਾਂ ਇਸ ਵਾਰ ਨਾਲ ਸੰਬੰਧਿਤ ਤਾਂ ਫਿਰ ਕਿਤੇ ਜਾ ਕੇ ਸ਼ੁਰੂ ਹੋਇਆ ਸੀ ਇਸ ਵਾਰ ਨੂੰ ਲਿਖਣ ਦਾ ਕੰਮ ਕਿਸ ਨੇ ਸ਼ੁਰੂ ਕਰਵਾਇਆ ਸੀ ਉਹ ਤੁਸੀਂ ਦੇਖ ਹੀ ਸਕਦੇ ਹੋ ਇੱਕ ਅੰਗਰੇਜ਼ ਅਧਿਕਾਰੀ ਲਾਰਡ ਮੈਕਲੇਗਨ ਓਕੇ ਜੀ ਅੱਗੇ ਚੱਲਦੇ ਆਪਾਂ ਪੁਆਇੰਟ ਨੰਬਰ 5 ਇਸ ਅੰਗਰੇਜ਼ ਅਧਿਕਾਰੀ ਨੇ ਜਿਹੜਾ ਵਾਰ ਨੂੰ ਪੂਰਾ ਕਰਨ ਦਾ ਕੰਮ ਸੀਗਾ ਉਹ ਕਿਸੇ ਨੂੰ ਸੌਂਪਿਆ ਸੀ ਜਿਹੜਾ ਕਿ ਇਹ ਕੁਐਸਚਨ ਆ ਉਹ ਅਕਸਰ ਹੀ ਪੁੱਛ ਲਿਆ ਜਾਂਦਾ ਇਹ ਕੁਐਸਚਨ ਧਿਆਨ ਨਾਲ ਕਰ ਲੈਣਾ ਤਾਂ ਇਸ ਵਾਰ ਨੂੰ ਪੂਰਾ ਕਰਨ ਦਾ ਕੰਮ ਜਿਹੜਾ ਸੌਂਪਿਆ ਸੀ ਉਹ ਸੌਂਪਿਆ ਸੀ ਜੀ ਪੰਡਿਤ ਹਰੀ 크੍ਰੀਸ਼ਨ ਕਾਲ ਇਸ ਦਾ ਨਾਮ ਅਗੇਨ ਪੜ੍ਹ ਲਓ ਪੰਡਿਤ ਹਰੀ 크੍ਰੀਸ਼ਨ ਕਾਲ ਨੂੰ ਕਿਹਾ ਸੀ ਉਹਨਾਂ ਨੇ ਕਿ ਜਿਹੜੀ ਸਾਰੀ ਵਾਰ ਹੈ ਉਸ ਨੂੰ ਸੰਪੂਰਨ ਕਰੋ ਤੇ ਉਹਨਾਂ ਨੇ ਹੀ ਪਹਿਲੀ ਵਾਰ ਇਸ ਨੂੰ ਪ੍ਰਕਾਸ਼ਿਤ ਕਰਵਾਇਆ ਸੀ ਹੁਣ ਕਿਸ ਨੇ ਕਰਵਾਇਆ ਸੀ ਪ੍ਰਕਾਸ਼ਿਤ ਯੈਸ ਵੈਰੀ ਗੁੱਡ ਪੰਡਿਤ ਹਰੀ ਕ੍ਰਿਸ਼ਨ ਕਾਲ ਨੇ ਇਹਦੇ ਨਾਲ ਸੰਬੰਧਿਤ ਜਿਹੜੇ ਦੋ ਤਿੰਨ ਕੁਐਸਚਨ ਆ ਜਿਹੜੇ ਉਹ ਪੁੱਛੇ ਜਾ ਚੁੱਕੇ ਨੇ ਆਲਰੇਡੀ ਇਸ ਸੰਵਾਦ ਜੀ ਪੰਡਿਤ ਜੀ ਨੇ ਇਸ ਵਾਰ ਦੀਆਂ 856 ਤੁਕਾਂ ਨੋਟ ਕੀਤੀਆਂ ਤੇ ਇਸ ਕਾਰਜ ਵਿੱਚ ਜੀਵਨ ਤੇ ਮੁੱਲਾ ਨਾਮਕ ਦੋ ਮਰਾਸੀਆਂ ਨੇ ਉਹਨਾਂ ਦੀ ਮਦਦ ਕੀਤੀ ਤਾਂ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਕਈ ਚੀਜ਼ਾਂ ਇਹ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਨਹੀਂ ਸ਼ਾਮਿਲ ਕੀਤੀਆਂ ਹੁੰਦੀਆਂ ਰਿਟਰਨ ਦੇ ਵਿੱਚ ਨਹੀਂ ਲਿਖਿਆ ਹੁੰਦਾ ਤਾਂ ਉਹ ਜਰੂਰ ਦਿਮਾਗ ਦੇ ਵਿੱਚ ਆ ਜਾਂਦੀਆਂ ਨੇ ਤਾਂ ਆਪਾਂ ਨਾਲ ਦੀ ਨਾਲ ਹੀ ਡਿਸਕਸ ਕਰ ਲੈਨੇ ਆ ਸੋ ਪਲੀਜ਼ ਡੋਂਟ ਸਕਿਪ ਦਾ ਵੀਡੀਓ ਪੂਰਾ ਲੈਕਚਰ ਤੁਸੀਂ ਅਟੈਂਡ ਕਰਿਆ ਕਰੋ ਸੋ ਥੈਟ ਕਿ ਤੁਸੀਂ ਚੰਗੀ ਤਰ੍ਹਾਂ ਹਰ ਇੱਕ ਚੀਜ਼ ਸਮਝ ਸਕੋ ਓਕੇ ਤਾਂ ਹੁਣ ਉਹਨਾਂ ਮਰਾਸੀਆਂ ਦੇ ਜਿਹੜੇ ਨਾਮ ਨੇ ਉਹ ਵੀ ਤੁਸੀਂ ਨੋਟ ਕਰ ਲੈਣੇ ਨੇ ਜੀਵਨ ਤੇ ਮੁੱਲਾ ਕਿੰਨੀਆਂ ਤੁਕਾਂ ਨੋਟ ਕੀਤੀਆਂ ਜੀ 800 54 ਟੁਕਾ ਨੋਟ ਕੀਤੀਆਂ ਓਕੇ ਨੈਕਸਟ ਇਸਮੇ ਸਪੈਸ਼ਲ ਹਾਈਲਾਈਟ ਕੀਤਾ ਕਿਉਂਕਿ ਇਹ ਕੁਐਸਚਨ ਪੁੱਛਿਆ ਜਾ ਚੁੱਕਿਆ ਐ ਐਗਜ਼ਾਮ ਦੇ ਵਿੱਚ ਨਜ਼ਾਬਤੀ ਵਾਰ ਦੀ ਸਭ ਤੋਂ ਵਿਸ਼ੇਸ਼ ਖੂਬੀ ਕੀ ਐ ਪਲੱਸ 2 ਜਮਾਤ ਦੀ ਜਿਹੜੀ ਬੁੱਕ ਐ ਉਸ ਦੇ ਵਿੱਚ ਵੀ ਇਹ ਕੁਐਸਚਨ ਐ ਤੇ ਇਹ ਐਗਜ਼ਾਮ ਦੇ ਵਿੱਚ ਵੀ ਆਇਆ ਹੋਇਆ ਠੀਕ ਐ ਸਭ ਤੋਂ ਵਿਸ਼ੇਸ਼ ਖੂਬੀ ਕੀ ਐ ਕਿ ਇਹ ਇਤਿਹਾਸਿਕ ਸਚਾਈ ਨੂੰ ਬਿਆਨ ਕਰਦੀ ਐ ਠੀਕ ਐ ਇਹਦਾ ਜਿਹੜਾ ਕਥਾਨਕ ਐ ਉਹ ਇਤਿਹਾਸਿਕ ਸਚਾਈ ਨਾਲ ਭਰਪੂਰ ਹੈ ਇਹ ਕੋਈ ਐਵੇਂ ਜੋੜ ਤੋੜ ਕੇ ਨਹੀਂ ਸਾਰੀ ਰਚਨਾ ਕੀਤੀ ਹੋਈ ਇੱਕ ਇਤਿਹਾਸਿਕ ਤੱਥ ਹੈ ਇੱਕ ਇਤਿਹਾਸਿਕ ਘਟਨਾ ਜਿਹੜੀ ਕਿ ਅਸਲ ਦੇ ਵਿੱਚ ਵਾਪਰੀ ਹੈ ਉਸ ਤੇ ਆਧਾਰਿਤ ਹੈ ਇਹ ਵਾਰ ਠੀਕ ਹੈ ਸੋ ਮੋਸਟ ਇੰਪੋਰਟੈਂਟ ਕੁਐਸਚਨ ਹੈ ਹੀ ਨੈਕਸਟ ਵਾਰਕਰ ਦਾ ਨਾਮ ਕਿੰਨਾਂ ਟੁਕਾਂ ਦੇ ਵਿੱਚ ਹੈ ਕਿੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਜਿਹੜੀ ਵਾਰਯੋ ਲਿਖੀ ਕਿਸਨੇ ਹੈ ਤਾਂ ਦੋ ਤੁਕਾਂ ਦੇ ਵਿੱਚ ਆਉਂਦਾ ਹੈ ਜੀ 564 ਨੰਬਰ ਤੇ 849 ਨੰਬਰ ਅਗੇਨ 564 ਨੰਬਰ ਤੇ 849 ਨੰਬਰ ਅਗਲਾ ਜਿਹੜਾ ਕੁਐਸਚਨ ਹੈ ਆਲਸੋ ਵੈਰੀ ਇੰਪੋਰਟੈਂਟ ਵਾਰਕਰ ਸਬੰਧੀ ਭਲੇਖਾ ਕੀ ਲੱਗਦਾ ਹੈ ਦੇਖੋ ਇੱਕ ਚੀਜ਼ ਤਾਂ ਸਾਨੂੰ ਕਲੀਅਰ ਹੋ ਗਈ ਕਿ ਦੋ ਲਾਈਨਾਂ ਦੇ ਵਿੱਚ ਨਾਮ ਆ ਗਿਆ ਨਜ਼ਾਵਤ ਦਾ ਜਿਸ ਤੋਂ ਅਸੀਂ ਮੰਨਦੇ ਹਾਂ ਕਿ ਇਹ ਨਜ਼ਾਵਤ ਦੀ ਰਚਨਾ ਹੈ ਤਾਂ ਜਿਹੜਾ ਸ਼ੰਕਾ ਹੈ ਉਹ ਕੀ ਹੈ ਉਪਲੇਖਾ ਪੈਂਦਾ ਜੀ ਸੈयद ਸ਼ਾ ਚਿਰਾਗ ਹੁਣ ਇਹ ਕੌਣ ਸੀ ਸੈयद ਸ਼ਾ ਚਿਰਾਗ ਇਹਨਾਂ ਦੇ ਗੁਰੂ ਸੀ ਇਹਨਾਂ ਦੇ ਮੁਰਸ਼ਦ ਸੀ ਨਜ਼ਾਬਤ ਦੇ ਤੇ ਇਹ ਸੀਗੇ ਜੀ 라ਵਲਪਿੰਡੀ ਦੇ ਰਹਿਣ ਵਾਲੇ ਤਾਂ ਕਾਫੀ ਵਿਦਵਾਨ ਹੋਏ ਨੇ ਜਿਹੜੇ ਉਹ ਮੰਨਦੇ ਨੇ ਕਿ ਅਸਲ ਦੇ ਵਿੱਚ ਇਹ ਸੈयद ਜਿਹੜਾ ਚਿਰਾਗ ਸੀ ਸੈयद ਸ਼ਾ ਚਿਰਾਗ ਉਸਦੇ ਛੇਲੇ ਨਜ਼ਾਬਤ ਨੇ ਸਿਰਫ ਇਸ ਨੂੰ ਸਦਾ ਉਤਾਰਾ ਕੀਤਾ ਠੀਕ ਹੈ ਅਸਲੀ ਜਿਹੜੀ ਰਚਨਾਗੀ ਉਹ ਕਿਹਦੇ ਨਾਲ ਜੁੜੀ ਹੋਈ ਹੈ ਸ਼ਾਚ ਰਾਗ ਨਾਲ ਠੀਕ ਹੈ ਤਾਂ ਇਹ ਪਲੇਖਾ ਪਰ ਅਸਲ ਦੇ ਵਿੱਚ ਇਹ ਗੱਲ ਨਹੀਂ ਹੈਗੀ ਕਿਸੇ ਵਾਰ ਹੈ ਜੀ ਇਹ ਨਜ਼ਾਬਤ ਦੀ ਹੀ ਵਾਰ ਹੈ ਨੈਕਸਟ ਇਤਿਹਾਸਿਕ ਪਾਤਰ ਕਰ ਲੈਨੇ ਆਪਾਂ ਮੈਂ ਸਾਰੇ ਇਤਿਹਾਸਿਕ ਪਾਤਰ ਨਹੀਂ ਲਿਖੇ ਜਿਹੜੇ ਮੈਨੂੰ ਇੰਪੋਰਟੈਂਟ ਲੱਗੇ ਨਾ ਉਹ ਹੀ ਲਿਖੇ ਨੇ ਠੀਕ ਹੈ ਨਜ਼ਾਬਤ ਦੀ ਵਾਰ ਵਿੱਚ ਆਉਣ ਵਾਲੇ ਇਤਿਹਾਸਿਕ ਪਾਤਰ ਨਾਦਰ ਸ਼ਾ ਮੁਹੰਮਦ ਸ਼ਾ ਨਿਜ਼ਾਮੁਲ ਮੁਲਕ ਖਾਂ ਖਾਨਦौरा ਸੈਦਪਰਾ ਨਾਸਿਰ ਖਾਂ ਸ਼ਹਾਬਾਜ਼ ਖਾਂ ਮਲਕਾ ਜਮਾਨੀ ਜ਼ਕਰੀਆ ਖਾਂ ਮੁਸਫਰ ਕਮਰੁਦੀਨ ਤੇ ਬਾਕੀ ਖਾਂ ਠੀਕ ਹੈ ਵੈਸੇ ਇਹਨਾਂ ਡੀਪਲੀ ਜਾਣਦੀ ਤਾਂ ਲੋੜ ਨਹੀਂ ਹੈਗੀ ਆਪਾਂ ਨੂੰ ਬਸ ਸਿਰਫ ਗੋ ਥਰੂ ਹੋ ਜਾਈਏ ਇਹਨਾਂ ਦੇ ਨਾਮਾਂ ਦੇ ਦੈਟਸ ਆਲ ਇਸ ਤੋਂ ਬਾਅਦ ਜੀ ਵਾਰ ਦਾ ਆਰੰਭ ਹੁਣ ਇਹ ਕੁਐਸਚਨ ਧਿਆਨ ਨਾਲ ਕਰ ਲਿਓ ਕਿ ਵਾਰ ਦਾ ਆਰੰਭ ਤਾਂ ਮੰਗਲਾਚਰਨ ਨਾਲ ਹੁੰਦਾ ਹੈ ਤੇ ਤੁਸੀਂ ਇੱਥੇ ਕਲ ਤੇ ਨਾਰਦ ਦਾ ਝਗੜਾ ਕਿਉਂ ਲਿਖਿਆ ਠੀਕ ਹੈ ਦੇਖੋ ਵਾਰ ਦਾ ਆਰੰਭ ਨੋ ਡਾਊਟ ਮੰਗਲਾਚਰਨ ਨਾਲ ਹੀ ਹੁੰਦਾ ਪਰ ਇਸ ਤੋਂ ਬਾਅਦ ਮੰਗਲਾਚਰਨ ਤੋਂ ਬਾਅਦ ਜਿਹੜੀ ਸਭ ਤੋਂ ਪਹਿਲੀ ਗੱਲ ਆਉਂਦੀ ਹੈ ਉਹ ਆਉਂਦੀ ਹੈ ਜੀ ਕਲ ਤੇ ਨਾਰਦ ਦੀ ਤੇ ਕਈ ਬੁੱਕਸ ਦੇ ਵਿੱਚ ਮੈਂ ਇਹ ਲਿਖਿਆ ਵੀ ਪੜਿਆ ਕਿ ਉਹ ਪਤੀ ਪਤਨੀ ਦੀ ਭੂਮਿਕਾ ਜਿਹੜੀ ਨਿਭਾਉਂਦੇ ਨੇ ਉਹਨਾਂ ਦੇ ਰੂਪ ਦੇ ਵਿੱਚ ਕਿਹੜੇ ਕਰੋਗੀ ਝਗੜਿਆ ਉਹਨੂੰ ਪੇਸ਼ ਕਰਨ ਦਾ ਯਤਨ ਕੀਤਾ ਨਜ਼ਾਬਤ ਨੇ ਮਤਲਬ ਇਸ ਚੀਜ਼ ਦਾ ਮਤਲਬ ਕੀ ਹੈ ਕਿ ਉਸਨੇ ਇਹ ਚੀਜ਼ ਦਰਸਾਈ ਹੈ ਕਿ ਕਿਵੇਂ ਜਿਹੜੀ ਇੱਕ ਛੋਟੀ-ਛੋਟੀ ਲੜਾਈ ਆਉਂ ਛੋਟੇ ਪੱਧਰ ਤੇ ਸ਼ੁਰੂ ਹੁੰਦੀ ਹੈ ਤੇ ਫਿਰ ਵੱਡੇ ਪੱਧਰ ਤੇ ਪਹੁੰਚ ਕੇ ਤਬਾਹੀ ਕਰ ਦਿੰਦੀ ਹੈ ਠੀਕ ਹੈ ਇਸ ਤਰ੍ਹਾਂ ਉਹ ਆਪਣੀ ਜਿਹੜੀ ਕਹਾਣੀ ਨੂੰ ਅੱਗੇ ਲੈ ਕੇ ਗਿਆ ਵਾਰ ਦੀ ਕਹਾਣੀ ਨੂੰ ਠੀਕ ਹੈ ਤਾਂ ਇਹਦੇ ਨਾਲ ਜਿਹੜਾ ਕੁਐਸਚਨ ਬਣਦਾ ਹੈ ਤੁਹਾਡਾ ਉਹ ਬਹੁਤ ਇੰਪੋਰਟੈਂਟ ਬਣਦਾ ਹੈ ਕਿ ਕੱਲ ਤੇ ਨਾਰਦ ਇਹ ਤਾਂ ਸਾਨੂੰ ਪਤਾ ਕਿ ਭੜਕਾ ਰਹੇ ਨੇ ਕਿਸ ਨੂੰ ਭੜਕਾ ਰਹੇ ਨੇ ਉਹ ਚੀਜ਼ ਤੁਸੀਂ ਨੋਟ ਕਰਨੀ ਆ ਕੱਲ ਕਿਸ ਨੂੰ ਭੜਕਾਉਂਦੀ ਆ ਤੇ ਨਾਰਦ ਕਿਸ ਨੂੰ ਭੜਕਾਉਂਦਾ ਤਾਂ ਇੱਕ ਚੀਜ਼ ਯਾਦ ਕਰ ਲੋ ਜਿਹੜੀ ਕਾਲ ਹੈ ਉਹ ਨਾਦਰ ਨੂੰ ਭੜਕਾਉਂਦੀ ਹੈ ਠੀਕ ਹੈ ਜਾਨੀ ਕਿ ਨਾਰਦ ਤੇ ਨਾਦਰ ਦੋਨਾਂ ਦਾ ਇੱਕੋ ਜਿਹਾ ਸਿਮਿਲੈਰਿਟੀ ਹੈ ਹੈਨਾ ਇੱਕ ਜੋ ਇੱਕੋ ਜਿਹਾ ਨਾਮ ਆ ਤਾਂ ਉਹ ਦੋਨੇ ਆਪਾਂ ਨਹੀਂ ਕਰਨੇ ਐਡ ਉਦੋਂ ਉਲਟ ਕਰਨਾ ਹੈ ਠੀਕ ਹੈ ਕੱਲ ਕਿਹਨੂੰ ਭੜਕਾਏਗੀ ਨਾਦਰ ਨੂੰ 扑ੜਕਾਏਗੀ ਤੇ ਨਾਰਦ ਕਿਸ ਨੂੰ 扑ੜਕਾਏਗਾ ਮੁਹੰਮਦ ਸ਼ਾ ਰੰਗੀਲੇ ਨੂੰ ਠੀਕ ਹੈ ਜੀ ਇਸ ਤੋਂ ਬਾਅਦ ਮਿਥਿਹਾਸਿਕ ਪਾਤਰ ਕਿਹੜੇ ਨੇ ਮਿਥਿਹਾਸ ਦੇ ਅੰਤਰੌਂਦੇ ਨੇ ਜਿਹੜੇ ਕੌਰਵ ਕਲ ਤੇ ਨਾਰਦ ਲਸ਼ਮਣ حضرت موسی حضرت ਇਬਰਾਹਿਮ ਤੇ ਸਿਕੰਦਰ ਜਿਹੜੇ ਕਿ ਸਾਨੂੰ ਮਿਥਿਹਾਸਿਕ ਪਾਤਰ ਮਿਲਦੇ ਨੇ ਇਸ ਤੋਂ ਅੱਗੇ ਅਸੀਂ ਗੱਲ ਕਰਦੇ ਹਾਂ ਲੜਾਈਆਂ ਦੀ ਪੇਸ਼ਕਾਰੀ ਕਿ ਲੜਾਈਆਂ ਦੀ ਪੇਸ਼ਕਾਰੀ ਕਿਸ ਤਰ੍ਹਾਂ ਹੁੰਦੀ ਹੈ ਸਭ ਤੋਂ ਪਹਿਲਾਂ ਹੈ ਜੀ ਕਰਨਾਲ ਲਾਹੌਰ ਫਿਰ ਰਾਵੀ ਕੰਡੇ ਦੀ ਲੜਾਈ ਫਿਰ ਅਟਕ ਦੇ ਇਸ ਤੋਂ ਬਾਅਦ ਅਟਕ ਤੋਂ ਕੂਚ ਕੀਤਾ ਸੀ ਨਾ ਉਸਨੇ ਫਿਰ ਕੰਧਾਰ ਤੋਂ ਲਾਹੌਰ ਮੁਹੰਮਦ ਸ਼ਾ ਰੰਗੀਲਾ ਵਰਸਸ ਨਾਦਰ ਸ਼ਾ ਠੀਕ ਹੈ ਨਾਦਰ ਸ਼ਾ ਦਾ ਜਿਹੜਾ ਜੰਗ ਹੋਇਆ ਸੀ ਯੁੱਧ ਹੋਇਆ ਸੀ ਉਹ ਕਿਹਦੇ ਨਾਲ ਹੋਇਆ ਸੀ ਮੁਹੰਮਦ ਸ਼ਾ ਰੰਗੀਲਾ ਦੇ ਨਾਲ ਓਕੇ ਇਹ ਸਾਰੀਆਂ ਲੜਾਈਆਂ ਤੁਸੀਂ ਨੋਟ ਕਰ ਲੈਣੀਆਂ ਇਸ ਤੋਂ ਬਾਅਦ ਨਾਦਰ ਸ਼ਾਹ ਨੇ ਭਾਰਤ ਉੱਤੇ ਹਮਲਾ ਕਰ ਦੋ ਕੀਤਾ ਇਹ ਕੁਐਸਚਨ ਇੰਪੋਰਟੈਂਟ ਹੈ 1739 ਈਸਵੀ ਨੂੰ ਦੇਖੋ ਹੁਣ ਇੱਥੇ ਵੀ ਚੀਜ਼ ਸਾਨੂੰ ਕਲੀਅਰ ਕਰਨੀ ਪਵੇਗੀ 1738 ਹੈ ਜਾਂ ਫਿਰ 1739 ਹੈ ਇਸ ਚੀਜ਼ ਨੂੰ ਅਸੀਂ ਧਿਆਨ ਚ ਰੱਖਣਾ ਹੈ ਭਾਰਤ ਉੱਤੇ ਨੇ ਹਮਲਾ ਕੀਤਾ 1739 ਈਸਵੀ ਦੇ ਵਿੱਚ ਤੇ ਪਰ ਉਹ ਕਾਬਲ ਪਹੁੰਚ ਗਿਆ ਸੀ 1738 ਈਸਵੀ ਦੇ ਵਿੱਚ ਸੋ ਇਟ অপਸ਼ਨਸ ਤੇ ਡਿਪੈਂਡ ਕਰਦਾ ਕਿ ਸਾਨੂੰ অপਸ਼ਨਸ ਕਿਸ ਤਰੀਕੇ ਨਾਲ ਪੁੱਛੀਆਂ ਜਾ ਰਹੀਆਂ ਹਨ ਠੀਕ ਹੈ ਜੀ ਤੇ ਜੇ ਸਾਡਾ ਕੁਐਸਚਨ ਬਣਦਾ ਕਿ ਉਸਨੇ ਕਿਹੜੇ ਸਥਾਨ ਤੋਂ ਕੂਚ ਕੀਤਾ ਸੀ ਹਮਲੇ ਲਈ ਤਾਂ ਉਹ ਕੀਤਾ ਸੀ ਜੀ ਅਟਕ ਤੋਂ ਇਹ ਚੀਜ਼ ਦਿਮਾਗ 'ਚ ਰੱਖਿਓ ਨੈਕਸਟ ਨਾਦਰ ਦੇ ਹਮਲੇ ਤੇ ਨਜ਼ਾਬਤ ਦੇ ਵਾਰ ਲਿਖਣ ਵਿਚਕਾਰ ਅੰਤਰਾਲ ਜਾਨੀ ਕਿ ਹਮਲਾ ਕਦੋਂ ਹੋਇਆ ਸੀ ਤੇ ਹਮਲੇ ਦਾ ਸਾਰਾ ਵਰਤਾਂਤ ਜਿਹੜਾ ਨਜ਼ਾਬਤ ਨੇ ਵਰਣਨ ਕੀਤਾ ਹੈ ਆਪਣੀ ਵਾਰ ਦੇ ਵਿੱਚ ਤਾਂ ਇਹਨਾਂ ਨੂੰ ਲਿਖਣ ਦੇ ਵਿੱਚ ਤੇ ਵਾਰ ਦੇ ਜਿਹੜੇ ਅਸਲੀ ਜੰਗ ਜੁਦ ਹੋਏ ਨੇ ਉਸ ਦੇ ਵਾਪਰਨ ਦੇ ਵਿੱਚ ਕਿੰਨਾ ਕੁ ਫਰਕ ਹੈ ਹੁੰਦਾ ਇਹ ਜਿਹੜਾ ਆਨਸਰ ਆਉ ਆਪਾਂ ਨੂੰ ਅਪਰੋਕਸਟ ਕਰਨਾ ਪਊਗਾ ਠੀਕ ਹੈ ਲਗਭਗ ਬੁੱਕਸ ਦੇ ਵਿੱਚ ਸਾਨੂੰ ਲਿਖਿਆ ਮਿਲਦਾ ਹੈ 50 ਸਾਲ ਸੋ ਐਵਰੇਜ ਤੁਸੀਂ 50 ਸਾਲ ਹੀ ਯਾਦ ਰੱਖਣੇ ਓਕੇ ਜੀ ਇਸ ਤੋਂ ਬਾਅਦ ਅਸੀਂ ਗੱਲ ਕਰ ਰਹੇ ਹਾਂ ਕਿ ਕੁਝ ਕੁ ਕਬੀਲਿਆਂ ਦੇ ਨਾਮ ਆਉਂਦੇ ਨੇ ਜਿਨ੍ਹਾਂ ਨੂੰ ਨਾਦਰ ਸ਼ਾਹ ਨੇ ਇਸ ਤੋਂ ਪਹਿਲਾਂ ਜਿੱਤਿਆ ਸੀ ਯਾਨੀ ਕਿ ਜਿਹੜੇ ਆਪਾਂ ਨੂੰ ਆਈ ਥਿੰਕ ਪਲੱਸ 2 ਕਲਾਸੇ ਵਿੱਚ ਜਿਹੜੇ ਲੱਗੇ ਹੋਈ ਨੇ ਬੁੱਕ ਦੇ ਵਿੱਚ ਜਿਹੜੇ ਪੈਰੇ ਦਿੱਤੇ ਹੋਏ ਨੇ ਸਾਨੂੰ ਨਜ਼ਾਬਤ ਦੀ ਵਾਰ ਦੇ ਤਾਂ ਉਹ ਇੱਥੇ ਹੀ ਸ਼ੁਰੂ ਹੁੰਦਾ ਹੈ ਇਹਨਾਂ ਕਬੀਲਿਆਂ ਦੇ ਨਾਮ ਤੋਂ ਹੀ ਸ਼ੁਰੂ ਹੁੰਦਾ ਹੈ ਇਸ ਕਰਕੇ ਆਈ ਥਿੰਕ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿਹੜੇ-ਕਿਹੜੇ ਕਬੀਲੇ ਨੇ ਸਭ ਤੋਂ ਪਹਿਲਾਂ ਹੈ ਜੀ ਖਟਕ ਕੇਬੇ ਗਖੜ ਤੇ ਪੈਣੀ ਇਹਨਾਂ ਜਾਤੀਆਂ ਦੇ ਜਿਹੜੇ ਕਬੀਲੇ ਸੀ ਇਹਨਾਂ ਉੱਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਹੀ ਜਿਹੜਾ ਨਾਦਰ ਸ਼ਾਹ ਉਹ ਅੱਗੇ ਵਧਦਾ ਤੇ ਅਟਕ ਤੋਂ ਕੂਚ ਕਰਕੇ ਹਮਲਾ ਕਰਦਾ ਹੈ ਮੁਹੰਮਦ ਸ਼ਾਹ ਥੀ ਠੀਕ ਹੈ ਜੀ ਚਲੋ ਇਸ ਵਾਰ ਆਪਾਂ ਅੱਗੇ ਚੱਲਦੇ ਹਾਂ ਦੇਖਦੇ ਹਾਂ ਕਿ ਕੀ ਬੰਦ ਹੈ ਹਾਂਜੀ ਵੈਰੀ ਇੰਪੋਰਟੈਂਟ ਕੁਐਸਚਨਸ ਦੋਨੇ ਹੀ ਹਿੰਟ ਜਿਹੜੇ ਆਪਾਂ ਲਿਖੇ ਨੇ 17 ਨੰਬਰ ਦੇ ਵਿੱਚ ਕੁੱਲ ਪੌੜੀਆਂ ਕਿੰਨੀਆਂ ਇਸ ਵਾਰ ਦੀਆਂ ਮਿਲਦੀਆਂ ਸਾਨੂੰ 86 86 ਪੌੜੀਆਂ ਸਾਨੂੰ ਮਿਲਦੀਆਂ ਨੇ ਕਾਂਡ ਕਿੰਨੇ ਨੇ 38 ਕਾਂਡ ਨੇ ਠੀਕ ਹੈ ਇਸ ਤੋਂ ਬਾਅਦ ਵਾਰ ਅਧੂਰੀ ਹੋਣ ਕਾਰਨ ਮਹਾਤਮ ਨਹੀਂ ਮਿਲਦਾ ਤਾਂ ਇਹ ਚੀਜ਼ ਤੁਸੀਂ ਨੋਟ ਰੱਖਣੀ ਹੈ ਕਿ ਜੋ ਨਜ਼ਾਬਤ ਦੀ ਵਾਰ ਹੈ ਉਹ ਅਧੂਰੀ ਹੈ ਸੰਪੂਰਨ ਰੂਪ ਵਿੱਚ ਸਾਨੂੰ ਪ੍ਰਾਪਤ ਨਹੀਂ ਹੁੰਦੀ ਇਸ ਕਰਕੇ ਇਸ ਦਾ ਸਿਰਫ ਸਾਨੂੰ ਕਿਹੜਾ ਪੱਖ ਮਿਲਦਾ ਹੈ ਹਾਂਜੀ ਸ਼ੰਕਾ ਪੱਖ ਤੇ ਸੰਘਰਸ਼ ਪੱਖ ਇਸ ਤੋਂ ਬਾਅਦ ਜਿਹੜਾ ਮਹਾਤਮਾ ਮਹਾਤਮਾ ਸੋਰੀ ਉਹ ਸਾਨੂੰ ਨਹੀਂ ਮਿਲ ਰਿਹਾ ਕਿਉਂਕਿ ਇਹ ਅਧੂਰੀ ਹੈ ਓਕੇ ਜੀ ਨੈਕਸਟ ਸਭ ਤੋਂ ਪਹਿਲਾਂ ਰੋਮਨ ਲਿਪੀ ਦੇ ਵਿੱਚ ਲਿਖੀ ਗਈ ਇਹ ਚੀਜ਼ ਵੀ ਤੁਸੀਂ ਨੋਟ ਕਰ ਲੈਣੀ ਆ ਇਜੇ ਜੇ ਆਪਾਂ ਧਿਆਨ ਨਾਲ ਦੇਖੀ ਤਾਂ ਇਹ ਸਾਡੀ ਕਾਮਨ ਸੈਂਸ ਦੀ ਹੀ ਗੱਲ ਹੈ ਕਿ ਲਾਰਡ ਮੈਕਲੇਗਨ ਨੇ ਸੌਪਿਆ ਸੀ ਕੰਮ ਪੰਡਿਤ ਹਰੀਕਿਸ਼ਨ ਕਾਲ ਨੂੰ ਤਾਂ ਉਹ ਫਿਰ ਉਸੇ ਤਰੀਕੇ ਨਾਲ ਹੀ ਲਿਖੂਗਾ ਨਾ ਜਿਸ ਦੇ ਨਾਲ ਅੰਗਰੇਜ਼ ਆ ਜਿਹੜੇ ਉਹਨਾਂ ਨੂੰ ਸਮਝ ਆ ਜੇ ਇਸੇ ਕਰਕੇ ਇਹ ਸਭ ਤੋਂ ਪਹਿਲਾਂ ਰੋਮਨ ਲਿਪੀ ਦੇ ਵਿੱਚ ਲਿਖੀ ਗਈ ਸੀ ਤਾਂ ਨੈਕਸਟ ਕੁਐਸਚਨ ਸਾਡੇ ਕੋਲ ਜਿਹੜਾ ਆਉਂਦਾ ਹੈ ਉਹ ਬੰਦ ਹੈਗਾ ਕਿ ਗੁਰਮੁਖੀ ਲਿਪੀ 'ਚ ਫਿਰ ਕਿਸ ਨੇ ਲਿਖਿਆ ਇਸ ਨੂੰ ਤਾਂ ਉਹ ਲਿਖਣ ਵਾਲਾ ਵਿਦਵਾਨ ਹੈ ਜੀ 바ਵਾ ਬੁੱਧ ਸਿੰਘ ਉਹਨਾਂ ਦੀ ਬੁੱਕ ਹੈ ਬੰਬੀਹਾ ਬੋਲ ਬਹੁਤ ਇੰਪੋਰਟੈਂਟ ਬੁੱਕ ਹੈ ਬਹੁਤ ਕੁਐਸਚਨ ਬੰਦੇ ਨੇ ਬੰਬੀਹਾ ਬੋਲ ਪੁਸਤਕ ਦੇ ਨਾਲ ਠੀਕ ਹੈ ਤਾਂ ਇਸ ਦੇ ਵਿੱਚ ਸਾਨੂੰ ਜ਼ਿਕਰ ਮਿਲਦਾ ਹੈ ਕਿ ਉਹ ਉਹਨਾਂ ਨੇ ਸਭ ਤੋਂ ਪਹਿਲਾਂ ਗੁਰਮੁਖੀ ਲਿਪੀ ਦੇ ਵਿੱਚ ਕਿਹੜਾ ਉਤਾਰਾ ਕੀਤਾ ਸੀ ਨਜ਼ਾਬਤ ਦੀ ਵਾਰ ਦਾ ਓਕੇ ਨੈਕਸਟ ਦੇਖਦੇ ਹਾਂ ਨਜ਼ਾਬਤ ਦੀ ਵਾਰ ਚ ਆਏ ਦੇਸੀ ਮਹੀਨੇ ਹਾਂਜੀ ਵੈਰੀ ਇੰਪੋਰਟੈਂਟ ਕੁਐਸਚਨ ਕਿਹੜੇ-ਕਿਹੜੇ ਦੇਸੀ ਮਹੀਨਿਆਂ ਦੀ ਗੱਲ ਕੀਤੀ ਹੋਈ ਹੈ ਤਾਂ ਉਹ ਗੱਲ ਕੀਤੀ ਹੈ ਜੀ ਸਾਵਣ ਤੇ ਭਾਦੋ ਦੋ ਮਹੀਨਿਆਂ ਦਾ ਜ਼ਿਕਰ ਸਾਨੂੰ ਮਿਲਦਾ ਹੈ ਇਸ ਵਾਰ ਦੇ ਵਿੱਚ ਵਾਰ ਦਾ ਸੰਘਰਸ਼ ਪੱਖ ਕੰਧਾਰ ਤੋਂ ਕਰਨਾਲ ਆਲਮੋਸਟ ਚਿਲਾ 24 ਤੋਂ 38 ਤੱਕ ਇਹਨਾਂ ਦਾ ਜਾਰਾ ਇਕੜਾ ਜਿਹੜਾ ਉਹ ਮਿਲਦਾ ਸੰਘਰਸ਼ ਪੱਖ ਦਾ ਅੱਗੇ ਜੀ ਵਾਰ ਦੀ ਤਰਤੀਬ ਮੰਗਲਾਚਰਨ ਵਸਤੂ ਵਿਦਾਨ ਮਤਲਬ ਸਭ ਤੋਂ ਪਹਿਲਾਂ ਮੰਗਲਾਚਰਨ ਨਾਲ ਸ਼ੁਰੂ ਹੁੰਦੀ ਹੈ ਉਸ ਤੋਂ ਬਾਅਦ ਜੋ ਵੀ ਕਾਰਨ ਵਗੈਰਾ ਕਲ ਤੇ ਨਾਰਦ ਨਾਲ ਸੰਬੰਧਿਤ ਸ਼ੁਰੂ ਹੁੰਦਾ ਹੈ ਹਨਾ ਬਸ ਸੁਵਿਧਾਨ ਦੇ ਵਿੱਚ ਸਾਰਾ ਕੁਝ ਆ ਜਾਂਦਾ ਹੈ ਸੰਘਰਸ਼ ਪੱਖ ਵਾਲਾ ਪਰ ਇਸ ਦਾ ਮਹੱਤਮ ਨਹੀਂ ਹੈਗਾ ਅਗਲਾ ਕੁਐਸਚਨ ਵੈਰੀ ਇੰਪੋਰਟੈਂਟ ਵਾਰ ਦੇ ਛੰਦ ਕਿਹੜਿਆ ਵਾਰ ਦੇ ਛੰਦ ਹੈ ਜੀ ਉਹ ਜੋ ਜਿਸ ਦੇ ਨਾਲ ਜਿਹੜੀਆਂ ਵੀਰਸੀ ਰਚਨਾਵਾਂ ਗਈਆਂ ਉਹ ਲਿਖੀਆਂ ਜਾਂਦੀਆਂ ਨੇ ਨਿਸ਼ਾਨੀ ਤੇ ਸਿਰਖੰਡੀ ਠੀਕ ਹੈ ਇਹ ਮੇਨ ਨੇ ਤੇ ਪਰ ਇਹ ਵੀ ਨਹੀਂ ਹੈਗਾ ਕਿ ਨੇਰੇ ਪੂਰੇ ਇਹ ਦੋਨੇ ਛਾਂਦੀ ਵਰਤਿਆ ਉਹਨਾਂ ਨੇ ਨਹੀਂ ਸਾਧ ਤੇ ਦਵਾਈਆਂ ਜਿਹੜੇ ਛਾਂਦ ਆ ਉਹ ਵੀ ਸਾਨੂੰ ਮਿਲ ਜਾਂਦੇ ਨੇ ਠੀਕ ਹੈ ਤੇ ਕਾਵ ਰੂਪ ਕਿਹੜਾ ਜੀ ਪੌੜੀਆਂ ਦੇ ਵਿੱਚ ਲਿਖੀ ਗਈ ਹੈ ਵਾਰ ਕਿਉਂਕਿ ਜਿਹੜੀ ਪੌੜੀ ਹੈ ਉਹ ਤਾਂ ਵਾਰ ਦੀ ਜਿੰਦजान ਹੈ ਇਸ ਕਰਕੇ ਪੌੜੀਆਂ ਦੇ ਵਿੱਚ ਹੀ ਲਿਖੀ ਹੋਈ ਆ ਅੱਗੇ ਚੱਲਦੇ ਆਪਾਂ ਵਾਰ ਵਿੱਚ ਮੁਹੰਮਦ ਸ਼ਾਹ ਰੰਗੀਲੇ ਦੀ ਨਿੰਦਿਆ ਕੀਤੀ ਗਈ ਹੈ ਪ੍ਰੰਤੂ ਉਸ ਦੇ ਕੁਝ ਜਿਹੜੇ ਸਿਪਾਹੀ ਨੇ ਉਹਨਾਂ ਦੀ ਵਡਿਆਈ ਮਿਲਦੀ ਆ ਕਿਉਂਕਿ ਇਜਲਾ ਮੁਹੰਮਦ ਸ਼ਾ ਰੰਗੀਲਾ ਸੀ ਉਹ ਕਿਸ ਤਰ੍ਹਾਂ ਦਾ ਬੰਦਾ ਸੀ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਰੰਗੀਨ ਮਿਜ਼ਾਜੀ ਸੀਗਾ ਉਹ ਧਿਆਨ ਨਹੀਂ ਦੇ ਰਿਹਾ ਸੀਗਾ ਆਪਣੇ ਫਰਜ਼ ਪ੍ਰਤੀ ਆਪਣੇ ਰਾਜ ਪ੍ਰਤੀ ਇਸੇ ਕਰਕੇ ਨਜ਼ਾਬਤ ਨੇ ਉਸ ਦੀ ਨਿੰਦਿਆ ਕੀਤੀ ਹੈ ਪਰ ਨਾਲ ਦੀ ਨਾਲ ਡਟ ਕੇ ਮੁਕਾਬਲਾ ਕਰਨ ਵਾਲੇ ਉਸ ਦੇ ਸਿਪਾਈਆਂ ਦਾ ਜਿਹੜਾ ਵਰਣ ਕੀਤਾ ਉਹਨਾਂ ਨੇ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰਸੰਸਾਪੂਰਵਕ ਜਿਹੜੇ ਸ਼ਬਦ ਵਰਤ ਕੇ ਕੀਤਾ ਠੀਕ ਹੈ ਅਗਲਾ ਕੁਸ਼ਨ ਇੰਪੋਰਟੈਂਟ ਹੈ ਜੀ ਵਾਰ ਦੀ ਪਹਿਲੀ ਪੌੜੀ ਵਿੱਚ ਕੁਰਾਨ ਚ ਲਿਖੀ ਅਟਲਤਾ ਦਾ ਜ਼ਿਕਰ ਹੈ ਠੀਕ ਹੈ ਤਾਂ ਇਹ ਚੀਜ਼ ਆਪਾਂ ਨੋਟ ਕਰਨੀ ਹੈ ਕਿ ਪਹਿਲੀ ਪੌੜੀ ਦੇ ਵਿੱਚ ਹੀ ਕੁਰਾਨ ਦੇ ਵਿੱਚ ਜੋ ਸ਼ਾਮਿਲ ਹੈ ਉਹ ਜਿਹੜਾ ਸਾਨੂੰ ਪਹਿਲੀ ਪੌੜੀ ਦੇ ਵਿੱਚ ਹੀ ਮਿਲ ਜਾਂਦਾ ਅਗਲਾ ਅਸੀਂ ਪਹਿਲਾਂ ਖਰ ਚੁੱਕੇ ਹਾਂ ਨਜ਼ਾਬਤ ਦਾ ਮੁਰਸ਼ਿਦ ਕੌਣ ਸੀ ਸੈਦ ਸ਼ਾ ਚਿਰਾਗ ਓਕੇ ਜੀ ਨੈਕਸਟ ਆਹ ਦੋ ਪੌੜੀਆਂ ਤੁਸੀਂ ਚੰਗੀ ਤਰ੍ਹਾਂ ਯਾਦ ਰੱਖ ਲੈਣੀਆਂ ਪੌੜੀ ਨੰਬਰ 37 ਸੰਨਿਆਸੀਆਂ ਨਾਲ ਮੁੱਠਪੇੜ ਸੰਨਿਆਸੀਆਂ ਨਾਲ ਜਿਹੜੀ ਇਹਨਾਂ ਦੀ ਪੇੜ ਹੋਈ ਸੀਗੀ ਮੁੱਠਪੇੜ ਹੋਈ ਸੀ ਫੌਜਾਂ ਦੀ ਉਸ ਬਾਰੇ ਵਰਣਨ ਹੈ ਇਸ ਤੋਂ ਬਾਅਦ ਹੈ ਜੀ 38 ਦੇ ਵਿੱਚ ਕਰਨਾਲ ਦਾ ਜਿਹੜਾ ਯੁੱਧ ਹੈ ਸਾਨੂੰ ਉਸ ਦਾ ਵਰਣਨ ਮਿਲਦਾ ਹੈ ਅਲੰਕਾਰਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਅਲੰਕਾਰ ਨੇ ਪਰ ਜਿਹੜੇ ਮੇਨ ਵਰਤੇ ਹੋਏ ਨੇ ਉਹ ਨੇ ਰੂਪਕ ਉਪਮਾ ਤੇ ਦ੍ਰਿਸ਼ਟਾਂਤ ਇਸ ਵਾਰ ਦੀ ਭਾਸ਼ਾ ਕਿਹੜੀ ਹੈ ਜੀ ਲੈਂਦੀ ਇਹ ਯਾਦ ਰੱਖਣੀ ਹੈ ਤੇ ਨਾਟਕੀ ਅੰਸ਼ ਭਾਰੂ ਆ ਨਾਟਕੀ ਤਰੀਕੇ ਨਾਲ ਜਿਹੜਾ ਸਾਰਾ ਵਾਰ ਦਾ ਸਾਰ ਆ ਉਹ ਪੇਸ਼ ਕੀਤਾ ਹੋਇਆ ਰਸ ਕਿਹੜੇ ਵਰਤੇ ਗਏ ਨੇ ਕਰੂਣਾ ਬੀਰ ਸ਼ਿੰਗਾਰ ਰੌਦਰ ਤੇ ਇਹ ਚੀਜ਼ ਤੁਹਾਨੂੰ ਦੱਸਣ ਦੀ ਵੈਸੇ ਆਈ ਥਿੰਕ ਜ਼ਰੂਰਤ ਨਹੀਂ ਕਿ ਵਾਰ ਦੇ ਵਿੱਚ ਤਾਂ ਕਿਹੜਾ ਮੇਨਲੀ ਰਸ ਹੋਏਗਾ ਬੀਰ ਹੀ ਹੋਏਗਾ ਠੀਕ ਹੈ ਵਾਰ ਦਾ ਜੇਤੂ ਕੌਣ ਹੈ ਵਾਰ ਦਾ ਜੇਤੂ ਹੈਗਾ ਜੀ ਨਾਦਰ ਸ਼ਾ ਜਿੱਤਦਾ ਤਾਂ ਉਹ ਹੀ ਹੋਣਾ ਤਾਂ ਫਿਰ ਉਹ ਹੀ ਜੇਤੂ ਹੋਇਆ ਬਟ ਇਹਦੇ ਨਾਲ ਜਿਹੜਾ ਰਿਲੇਟਡ ਕੁਐਸਚਨ ਬਣਦਾ ਉਹ ਬਣਦਾ ਵਾਰ ਦਾ ਨਾਇਕ ਕੌਣ ਹੈ ਵਾਰ ਦਾ ਨਾਇਕ ਹੈ ਜੀ ਹਿੰਦੁਸਤਾਨ ਦੇ ਲੋਕ ਸਾਰੇ ਹਿੰਦੁਸਤਾਨੀ ਉਹਨਾਂ ਨੂੰ ਪੇਸ਼ ਕੀਤਾ ਹੋਇਆ ਵਾਰ ਦੇ ਨਾਇਕ ਦੇ ਰੂਪ ਵਿੱਚ ਅਗਲਾ ਨਾਦਰ ਸ਼ਾਹ ਦੀ ਵਾਰ ਦੇ ਵਾਰਕਾਰ ਦਾ ਭਲੇਖਾ ਨਜ਼ਾਬਤ ਦੇ ਮੁਰਸ਼ਿਦ ਕਰਕੇ ਪੈਂਦਾ ਪਹਿਸਤਾ ਸੀ ਇਹਨੂੰ ਡਿਸਕਸ ਕਰ ਲਿਆ ਇੱਕ ਵਾਰ ਦੁਬਾਰਾ ਮੈਂ ਅਲੱਗ ਤੋਂ ਲਿਖ ਲਿਆ ਤਾਂ ਕਿ ਤੁਹਾਨੂੰ ਯਾਦ ਰਹੇ ਕਿਉਂਕਿ ਇਹ ਕੁਐਸਚਨ ਹੈ ਜਿਹੜਾ ਉਹ ਨੈੱਟ ਲੈਵਲ ਦਾ ओके okay, जी 1912 ਦੇ ਵਿੱਚ ਆਹ ਜਿਹੜਾ ਕੁਸ਼ਨ ਹੈ ਇਹ ਵੀ ਪੁੱਛਿਆ ਜਾ ਚੁੱਕਿਆ ਜੀ ਧਿਆਨ ਨਾਲ ਕਰ ਲਿਓ ਇਸ ਨੂੰ 1912 ਵਿੱਚ ਇਸ ਵਾਰ ਨੂੰ ਪ੍ਰਕਾਸ਼ਿਤ ਕਰਾਉਣ ਸਮੇਂ ਜਦੋਂ ਲਾਰਡ ਮਕਲੇਗਨ ਨੇ ਇਹਦਾ ਕੰਮ ਦਿੱਤਾ ਸੀ ਪੰਡਿਤ ਹਰੀਕ੍ਰਿਸ਼ਨ ਨੂੰ ਠੀਕ ਹੈ ਉਸ ਸਮੇਂ ਕੁਝ ਬੰਦ ਛੱਡੇ ਗਏ ਸੀ ਪੰਡਿਤ ਜੀ ਨੇ ਕੁਝ ਕੁ ਬੰਦ ਦੇ ਛੱਡੇ ਸੀ ਉਹ ਪ੍ਰਕਾਸ਼ਿਤ ਨਹੀਂ ਕਰਵਾਏ ਕਿਉਂ ਨਹੀਂ ਕਰਵਾਏ ਉਹਦਾ ਕੀ ਰੀਜ਼ਨ ਹੈ ਉਹਦਾ ਰੀਜ਼ਨ ਹੈ ਜੀ ਾਟੋਕਮੇ ਬੰਦਾ ਕਰਕੇ ਕਿਉਂਕਿ ਉਹ ਜਿਹੜੇ ਬੰਦ ਸੀਗੇ ਉਹ ਬਿਲਕੁਲ ਾਟੋਕਮੇ ਸੀ ਇੱਕ ਰੂਜ ਨਾਲ ਕੋਈ ਉਹਨਾਂ ਦੀ ਲਯ ਤਾਲ ਹੈ ਜਿਹੜੀ ਉਹ ਨਹੀਂ ਮਿਲਦੀ ਸੀ ਕੋਈ ਕਹਾਣੀ ਵੀ ਨਹੀਂ ਮਿਲਦੀ ਸੀ ਠੀਕ ਹੈ ਨੈਕਸਟ ਵਾਰਦੀ ਮੁਖ ਊਨਤਾਈ ਵਾਰਦੀ ਮੁਖ ਊਨਤਾਈ ਕਿਹੜੀ ਆ ਕਿਹੜੀ ਇਹ ਜੀ ਗੱਲ ਆ ਜਈ ਸਾਨੂੰ ਇਹ ਦਰਸਾਉਂਦੀ ਹੈ ਕਿ ਕਾਫੀ ਕਮੀਆਂ ਨੇ ਇਸ ਵਾਰ ਦੇ ਵਿੱਚ ਤਾਂ ਉਹ ਹੈ ਜੀ ਦਿੱਲੀ ਦੇ ਕਤਲੇਆਮ ਦੀ ਅਣ ਦੇਖੀ ਸਭ ਤੋਂ ਵੱਡਾ ਕਤਲੇਆਮ ਸੀਗਾ ਇੱਥੇ ਪਰ ਇਸ ਬਾਰੇ ਸਾਨੂੰ ਵਾਰ ਦੇ ਵਿੱਚ ਕੁਝ ਨਹੀਂ ਮਿਲਦਾ ਹੋ ਇਹ ਵੀ ਹੋ ਸਕਦਾ ਹੈ ਕਿ ਵਾਰ ਸਾਨੂੰ ਅਧੂਰੀ ਮਿਲੀ ਆ ਕਾਂ ਕਰਕੇ ਨਾ ਮਿਲਿਆ ਹੋਵੇ ਜ਼ਿਕਰ ਕੀਤਾ ਹੋਵੇ ਉਹਨੇ ਪਰ ਅਸੀਂ ਫਿਰ ਉਹਦੇ ਅਕੋਰਡਿੰਗ ਹੀ ਰਿਐਕਸ਼ਨ ਕਰਾਂਗੇ ਨਾ ਜੋ ਚੀਜ਼ ਸਾਨੂੰ ਮਿਲੀ ਹੋਈ ਆ ਠੀਕ ਹੈ ਤੇ ਇੱਕ ਚੀਜ਼ ਹੋਰ ਜੀ ਇਸ ਤੋਂ ਪਹਿਲਾਂ ਜਿਹੜਾ ਆਪਾਂ ਲੈਕਚਰ ਕੀਤਾ ਸੀ ਉਹਦੇ ਵਿੱਚ ਕਾਫੀ ਗੱਲਾਂ ਇਹ ਜੀਆਂ ਸੀਗੀਆਂ ਜਿਹੜੀਆਂ ਆਪਾਂ ਵੈਸੇ ਕਰੀਏ ਨਾਰਮਲੀ ਤਾਂ ਥੋੜੀਆਂ ਵਿਰੋਧ ਲੱਗਦੀਆਂ ਨੇ ਤਾਂ ਉਹ ਚੀਜ਼ ਹੁਣ ਅਸੀਂ ਦਿਮਾਗ ਦੇ ਵਿੱਚ ਰੱਖਣੀ ਹੈ ਕਿ ਉੱਥੇ ਅਸੀਂ ਆਪਣਾ ਜਿਹੜਾ ਪਰਸਨਲ ਥਿਊ ਆ ਉਹ ਨਹੀਂ ਰੱਖਣਾ ਕਿਉਂਕਿ ਸਾਸੀਂ ਚੰਗੀ ਤਰ੍ਹਾਂ ਜਾਣਦੇ ਆ ਕਿ ਅਸਲੀਅਤ ਕੀ ਆ ਤੇ ਲਿਖਿਆ ਸਾਨੂੰ ਕੀ ਮਿਲਦਾ ਉਹ ਸਾਨੂੰ ਸਭ ਕੁਝ ਪਤਾ ਹੀ ਹੈ ਸੋ ਉਹੀ ਚੀਜ਼ ਆਪਾਂ ਸ਼ਾਮਿਲ ਕਰ ਸਕਦੇ ਆਂ ਲੈਕਚਰ ਦੇ ਵਿੱਚ ਜੋ ਸਾਨੂੰ ਲਿਖਤੀ ਰੂਪ ਦੇ ਵਿੱਚ ਮਿਲਦੀ ਆ ਉਸ ਨਾਲ ਸੰਬੰਧਿਤ ਤੇ ਜੋ ਸਾਨੂੰ ਐਗਜ਼ਾਮ ਦੇ ਪੁਆਇੰਟ ਆਫ View ਤੋਂ ਯਾਦ ਕਰਨੀ ਪੈਂਦੀ ਆ ਭਾਵੇਂ ਕਿ ਸਾਨੂੰ ਪਤਾ ਕਿ ਅਸਲੀਅਤ ਕੀ ਆ ਬਟ ਫਿਰ ਵੀ ਸਾਨੂੰ ਉਸ ਤਰੀਕੇ ਨਾਲ ਉਹਨੂੰ ਯਾਦ ਕਰਨਾ ਪੈਂਦਾ ਠੀਕ ਹੈ ਜੀ ਸੋ that is why ਮੈਂ ਉਹ ਸਾਰੀਆਂ ਚੀਜ਼ਾਂ ਸ਼ਾਮਿਲ ਕੀਤੀਆਂ ਸੀ ਜੋ ਆਪਣਾ ਸ਼ਾਹ ਮੁਹੰਮਦ ਦਾ ਲੈਕਚਰ ਸੀ ਉਸ ਦੇ ਵਿੱਚ ਠੀਕ ਹੈ ਆਈ ਥਿੰਕ ਤੁਸੀਂ ਸਮਝ ਗਏ ਹੋਵੋਗੇ ਤੇ ਇੱਥੇ ਖਤਮ ਕਰਦੇ ਆ ਆਪਣਾ ਅੱਜ ਦਾ ਲੈਕਚਰ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਆਪਣਾ ਲੈਕਚਰ ਲਾਈਕ ਐਂਡ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੇਕਰ ਪਸੰਦ ਆਇਆ ਤਾਂ ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਤੇ ਨਾਲ ਦੀ ਨਾਲ ਕਮੈਂਟ ਬਾਕਸ ਦੇ ਵਿੱਚ ਸਾਰਿਆਂ ਨੇ ਦੱਸ ਕੇ ਜਾਣਾ ਕਿ ਅੱਜ ਦਾ ਲੈਕਚਰ ਜਿਹੜਾ ਉਹ ਤੁਹਾਨੂੰ ਪਸੰਦ ਆਇਆ ਤੇ ਕਿਸ ਤਰ੍ਹਾਂ ਦਾ ਲੱਗਿਆ ਤਕ ਜੇ ਕੋਈ ਅਹਜੀ ਚੀਜ਼ ਆ ਜਿਹੜੀ ਆਪਾਂ ਮਿਸ ਕਰਤੀ ਇਸ ਲੈਕਚਰ ਦੇ ਵਿੱਚ ਤਾਂ ਜ਼ਰੂਰ ਤੁਸੀਂ ਮੈਂਸ਼ਨ ਕਰਕੇ ਜਾਣਾ ਤਾਂ ਕਿ ਜਿਹੜੀ ਨੌਲੇਜ ਆ ਉਹ ਵਧਦੀ ਰਹੇ ਤੇ ਦੂਸਰਿਆਂ ਤੱਕ ਵੀ ਪਹੁੰਚਦੀ ਰਹੇ ਓਕੇ ਕਰਦੇ ਰਹੋ ਪੰਜਾਬੀ ਦੀ ਤਿਆਰੀ ਤੇ ਦੇਖਦੇ ਰਹੋ ਤੁਹਾਡਾ ਆਪਣਾ سپੀਰੀਅਰ ਸਟਡੀ ਚੈਨਲ ਹਾਜ਼ਰ ਰਹੋ ਵਾਜ਼ਰ ਰਹੋ ਥੈਂਕ ਯੂ ਸੋ ਮੱਚ